ਨਾਮ ਧੰਨ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਅਮਰਦਾਸ ਸਤਨਾਮ ਸ਼੍ਰੀ ਵਾਹਿ
ਵਾਹਿਗੁਰੂ ਸਾਹਿਬ ਜੀ ਸ੍ਰੀ ਗੁਣ ਖਾਨੀ ਬੈਠੇ ਜਹਿਵਾਂ ਬੜ ਪਾਗੀ ਚੱਲ ਆਇਓ ਤਹਿਵਾਂ ਦੋਏ ਕਰ ਜੋਰ ਬੰਦਨਾ ਕਰਕੇ ਬੈਠਿਓ ਅਗਰਜ ਮੇਵਾ ਧਰਕੇ ਸ੍ਰੀ ਗੁਣਖਾਨੀ ਬੈਠੇ ਜਹਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਜੁਗਹੋ ਜੁਗ ਅਟਲ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸੰਧਿਆ ਵੇਲੇ ਦੇ ਪਾਵਨ ਦੀਵਾਨ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਇਲਾਹੀ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਜੋ ਵਿਚਾਰ ਚੱਲ ਰਹੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ ਇੱਥੋਂ ਤੱਕ ਵਿਚਾਰਿਆ ਹੈ। ਹਜ਼ੂਰ ਸੱਚੀ ਸਰਕਾਰ ਯਾਰ ਵਲੀ ਫਕੀਰ ਨੂੰ ਨਿਵਾਜ ਕੇ ਸ਼ੇਖ ਸਰਫ ਤੇ ਰਹਿਮਤ ਵਰਤਾਂਦੇ ਨੇ। ਪਾਤਸ਼ਾਹ ਅੱਗੇ ਨਗਰ ਦੇ ਬਾਹਰ ਰੁਕੇ ਨੇ ਤੇ ਇੱਥੇ ਇੱਕ ਖਾਨ ਮਿਲ ਕੇ ਸੁੱਧ ਪੁੱਛਦਾ, ਤੁਸੀਂ ਕੌਣ ਹੋ, ਕਿਸ ਨੂੰ ਮਿਲਣ ਆਏ? ਤੇ ਗਰੀਬ ਨਵਾਜ ਜੀ ਦੇ ਬਚਨ ਸਨ, ਇਸ ਨਗਰ ਵਿੱਚ ਭਾਈ ਮਾਨ ਚੰਦ ਵਾਸ ਪਾਉਂਦਾ, ਉਹਨੂੰ ਮਿਲਣਾ ਹੈ ਤੇ ਉਹ ਆਪੇ ਸਾਨੂੰ ਇੱਥੇ ਆ ਕੇ ਮਿਲੇਗਾ। ਇਸ ਖਾਨ ਨੇ ਭਾਈ ਮਾਨ ਚੰਦ ਨੂੰ ਖਬਰ ਦਿੱਤੀ ਜਾ ਕੇ ਇਹ ਕਹਿੰਦਾ, ਮੈਂ ਕਿਸੇ ਫਕੀਰ ਨੂੰ ਨਹੀਂ ਜਾਣਿਆ, ਪਰ ਫਿਰ ਵੀ ਚਲੋ ਭਲਾ ਜਾਣ ਕੇ ਮਿਲਣ ਹਿੱਤ ਸਤਿਗੁਰੂ ਲਈ ਕੁਝ ਭੇਟਾ ਵਜੋਂ ਮੇਵੇ ਅਰਪਣ ਕਰਦਾ ਹੈ। ਤੇ ਗਰੀਬ ਨਵਾਜ ਜਿਸ ਥਾਂ ਤੇ ਬੈਠੇ ਨੇ ਉਸ ਪਾਸੇ ਇਹ ਆਇਆ ਹੈ। ਆਓ ਇਸ ਤੋਂ ਅੱਗੇ ਇਸ ਪ੍ਰਸੰਗ ਨੂੰ ਗੁਰੂ ਕਿਰਪਾ ਨਾਲ ਆਪਾਂ ਹੁਣ ਵਿਚਾਰ ਸਕੀਏ। ਆਪ ਸਾਧ ਸੰਗਤ ਜੀ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਏ ਕਰ ਜੋਰ ਬੰਦਨਾ ਕਰਕੇ ਬੈਠੋ ਅਗਰਜ ਮੇਵਾ ਧਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਸ ਜਗ੍ਹਾ ਤੇ ਬਿਰਾਜਮਾਨ ਨੇ ਇੱਥੇ ਇਹ ਭਾਈ ਮਾਨ ਚੰਦ ਪਹੁੰਚ ਗਿਆ। ਦੋਵੇਂ ਹੱਥ ਬੰਨ੍ਹ ਕੇ ਸਤਿਗੁਰੂ ਨੂੰ ਬੰਦਨਾ ਕਰਦਾ ਤੇ ਭੇਟਾ ਅੱਗੇ ਧਰ ਕੇ ਹਜ਼ੂਰ ਦੇ ਚਰਨਾਂ ਵਿੱਚ ਬੈਠ ਗਿਆ।
ਸ੍ਰੀ ਗੁਰ ਕੋਮਲ ਬਚਨ ਉਚਾਰੇ, ਮਾਨ ਚੰਦ ਸਭ ਕੁਸ਼ਲ ਤੁਮਾਰੇ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਬੜੇ ਮਿੱਠੇ ਸ਼ਬਦ ਪਿਆਰੇ ਸ਼ਬਦ ਉਚਾਰਦਿਆਂ ਇਹਨੂੰ ਪੁੱਛਿਆ ਕਿ ਭਾਈ ਮਾਨ ਚੰਦ, ਸਭ ਤੇਰੇ ਘਰ ਤੇਰੇ ਗ੍ਰਹਿ ਕੁਸ਼ਲ ਹੈ। ਬੂਝਣ ਲੱਗਿਓ ਸੋ ਕਬ ਕੇ ਜਾਣੂ, ਆਗੇ ਮਿਲੇ ਨਾ ਕਸ ਪਹਿਚਾਨੂ। ਸਤਿਗੁਰੂ ਨੂੰ ਬੇਨਤੀ ਕਰਕੇ ਕਹਿੰਦਾ, ਦਾਤਿਆ ਕਦੋਂ ਦੇ ਮੈਨੂੰ ਜਾਣਦੇ ਹੋ? ਮੈਨੂੰ ਤੇ ਇਥੋਂ ਤੱਕ ਸ਼ੁੱਧ ਨਹੀਂ ਕਿ ਪਹਿਲਾਂ ਇੱਥੇ ਦੀਦਾਰ ਹੋਣ। ਕੌਣ ਦੇਸ਼ ਕੋ ਬੇਸ ਤੁਮਾਰਾ, ਕੋ ਕਾਰਜ ਹੈ ਕਹੋ ਨਿਰਧਾਰ। ਸਤਿਗੁਰੂ ਜੀ, ਤੁਹਾਡਾ ਦੇਸ਼ ਇਲਾਕਾ ਕਿਹੜਾ? ਤੇ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿੰਦਾ, ਮੇਰੇ ਗੋਚਰਾ ਕਿਹੜਾ ਕੰਮ ਕਾਰਜ ਹੈ ਉਹ ਦੱਸਣਾ ਕਰੋ। ਗੁਰੂ ਕਹੇ ਬੇਗਮ ਪੁਰ ਦੇਸ਼ਾ, ਏਕੰਕਾਰ ਰੂਪ ਤਨ ਬੇਸ਼ਾ। ਕਹਿ ਲੱਗੇ ਭਾਈ ਮਾਨ ਚੰਦ, ਕਿਹੜੇ ਦੇਸ਼ ਬਾਰੇ ਪੁੱਛਣਾ? ਜਿਸ ਦੇਸ਼ ਬਾਰੇ ਤੂੰ ਪੁੱਛਣ ਲੱਗੇ, ਅਸੀਂ ਬੇਗਮਪੁਰ ਦੇ ਵਾਸੀ ਹਾਂ। ਉਹ ਏਕੰਕਾਰ ਪਰਮਾਤਮਾ ਦਾ, ਉਹ ਪਰਮੇਸ਼ਰ ਦਾ ਘਰ ਹੈ। ਜਾਂ ਇਹ ਸ਼ਬਦ ਵਰਤ ਲਈਏ ਕਿ ਉਹ ਸੱਚ ਖੰਡ ਨਿਰੰਕਾਰ ਦੇ ਘਰ ਦੇ ਵਸਨੀਕ ਖਾਨ। ਨਾਨਕ ਨਿਰੰਕਾਰੀ ਮਮ ਨਾਏ, ਇਸ ਕੋ ਬਾਲਾ ਸਰਬ ਅਲਾਏ। ਮੇਰਾ ਨਾਮ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਨਿਰੰਕਾਰ ਹੈ, ਤੇ ਇੱਧਰ ਨਾਲ ਭਾਈ ਬਾਲਾ ਜਿਹੜੇ ਬੈਠੇ ਨੇ ਉਹਨਾਂ ਨੂੰ ਦੱਸਦਿਆਂ ਗੁਰੂ ਸਾਹਿਬ ਕਹਿੰਦੇ ਨੇ ਇਹਦਾ ਨਾਂ ਬਾਲਾ ਹੈ। ਮਾਨ ਚੰਦ ਸੁਣ ਬਚਨ ਉਚਾਰੇ, ਐਸੀ ਬਾਤ ਨਾ ਵਿੱਚ ਸੰਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮਾਨ ਚੰਦ ਇਹ ਗੱਲ ਸਤਿਗੁਰੂ ਅੱਗੇ ਕਹਿਣ ਲੱਗਾ। ਰੋਹਰ ਔਰ ਬਾਤਾਂ ਕਰੋ, ਜਾਣੀ ਜਾਏ ਨਾ ਜੋਏ। ਕਹਿੰਦੇ ਨੇ ਸਤਿਗੁਰੂ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਮੇਰੀ ਸਮਝ ਵਿੱਚ ਖਾਲੀ ਪਕੜ ਵਿੱਚ ਆਉਂਦੀਆਂ ਨਹੀਂ, ਜਾਣੀਆਂ ਨਹੀਂ ਜਾ ਰਹੀਆਂ। ਕੌਣ ਭੇਖ ਨਹ ਲਖ ਸਕੋ, ਮੁਝ ਅਚਰਜ ਮਨ ਹੋਏ। ਕਹਿੰਦੇ ਮੇਰਾ ਮਨ ਬੜਾ ਹੈਰਾਨ ਹੈ ਅਚਰਜ ਵਿੱਚ ਵੀ, ਕਿ ਸਤਿਗੁਰੂ ਦਾ ਭੇਦ ਕਿੱਥੇ ਲਖਿਆ ਜਾਣਾ ਸੀ। ਕਹਿੰਦੇ ਮੈਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾ ਰਿਹਾ ਜਿਹੜੀਆਂ ਤੁਸੀਂ ਕਰਦੇ ਪਏ ਹੋ, ਤੇ ਨਾ ਹੀ ਮੈਂ ਸਮਝ ਸਕਿਆ ਕਿ ਆਪ ਕਿਸ ਭੇਖ ਦੇ ਫਕੀਰ ਹੋ। ਗੁਰੂ ਕਹੇ ਅਸ ਬਚਨਾ ਮਹਿ ਸੁਖ ਸਾਰਾ, ਭਲੀ ਬਾਤ ਨੈ ਲਪੋ ਸੰਸਾਰ। ਗੁਰੂ ਜੀ ਨੇ ਅੱਗੋਂ ਬਚਨ ਕਿਹਾ ਕਿ ਇਸ ਬਚਨ ਵਿੱਚ ਹੀ ਸਭ ਤੋਂ ਸੁਖ ਹੈ ਕਿ ਸੰਸਾਰ ਭਲੀ ਬਾਤ ਨੈ ਲਖੋ ਸੰਸਾਰਾ, ਕਿ ਇਹਦੇ ਵਿੱਚ ਹੀ ਭਲਾ ਹੈ, ਇਹੀ ਸੰਸਾਰ ਦੀ ਭਲੀ ਗੱਲ ਸਿੱਖਿਆ ਹੈ ਕਿ ਜਗਤ ਨੂੰ ਸੰਸਾਰ ਨੂੰ ਮਿੱਥ ਜਾਣਨਾ। ਮਿੱਥਿਆ ਸੋ ਨਹਿ ਆਵਹਿ ਕਾਜਾ, ਨਰ ਲਪਟਾਏ ਰਹੇ ਸਭ ਪਾਜਾ। ਕਹਿੰਦੇ ਸੰਸਾਰ ਦੇ ਵਿੱਚ ਸੱਚ ਹੈ ਕਿ ਲੋਕ ਮਿੱਥਿਆ ਵਿੱਚ ਝੂਠ ਵਿੱਚ ਲਪਟੇ ਪਏ ਨੇ, ਖਚਿਤ ਹੋਏ ਨੇ, ਪਰ ਇੱਥੇ ਦੁਨੀਆਂ ਵਿੱਚ ਜੋ ਕੁਝ ਵੀ ਬੰਦੇ ਨੇ ਪਕੜਿਆ ਹੋਇਆ, ਅੰਤ ਵੇਲੇ ਕੁਛ ਵੀ ਇਹਦੇ ਹੱਥ ਨਹੀਂ ਆਉਂਦਾ। ਉਤਮ ਜਾਣੂ ਮਨ ਮਹਿਸੋਏ, ਜਿਨ ਕੇ ਲਖੇ ਸਰਬ ਸੁਖ ਹੋਏ। ਤੇ ਸਭ ਤੋਂ ਉੱਤਮ ਗੱਲ ਇਹੀ ਏ, ਜਿਹੜਾ ਉਸ ਕਰਤੇ ਦਾ ਨਾਮ ਏ ਜਿਹਨੂੰ ਲਖਣਾ, ਪਰਮਾਤਮਾ ਨੂੰ ਜਾਣਨਾ, ਉਹਨੂੰ ਜਾਣਨ ਵਿੱਚ ਹੀ ਸਰਬ ਸੁਖਾਂ ਦੀ ਦਾਤ ਹੈ। ਸੁਣ ਤਿਓ ਮਨ ਮਾਇਆ ਮੋਹ ਨਸਾਏ, ਹੋਏ ਪਰਲੋਕ ਕੇ ਵਿਖੇ ਸਹਾਏ। ਕਹਿੰਦੇ ਉਸ ਪਰਮੇਸ਼ਵਰ ਦੇ ਤਾਂ ਨਾਮ ਨੂੰ ਸੁਣਦਿਆਂ ਮਨ ਦੇ ਮੋਹ ਭੱਜ ਨਸ ਜਾਂਦੇ ਨੇ, ਤੇ ਉਹ ਪਰਮੇਸ਼ਵਰ ਜੀ ਲੋਕ ਵਿੱਚ ਪਰਲੋਕ ਵਿੱਚ ਸਾਡੇ ਸਹਾਈ ਬਣਦੇ ਹਨ। ਜੋ ਕਮਾਵੇ ਸੋ ਹੈ ਸਿਆਣਾ, ਆਸ ਕਹਿ ਸ੍ਰੀ ਗੁਰ ਸ਼ਬਦ ਬਖਾਨਾ। ਕਹਿੰਦੇ ਜਿਹੜਾ ਗੁਰੂ ਦੇ ਬਚਨ ਨੂੰ ਕਮਾ ਲੈਂਦਾ ਉਹੀ ਅਸਲ ਵਿੱਚ ਸਿਆਣਾ ਹੈ, ਉਹੀ ਸਮਝਦਾਰ ਹੈ ਜਿਹਨੂੰ ਗੁਰ ਬਚਨ ਕਮਾਉਣ ਦੀ ਜਾਚ ਆ ਜਾਂਦੀ ਹੈ। ਉਂਝ ਭਾਵੇਂ ਗਿਆਨ ਕਰਕੇ ਬੰਦਾ ਕਿਤਨਾ ਵੀ ਸਿਆਣਪ ਦਾ ਢੰਡੋਰਾ ਪਿੱਟਦਾ, ਪਰ ਬੰਦਗੀ ਤੋਂ ਭਗਤੀ ਤੋਂ ਬਿਨਾਂ ਉਹ ਬਿਲਕੁਲ ਕੋਰਾ ਖਾਲੀ ਸੱਖਣਾ ਹੈ, ਜਿਹਨੂੰ ਮੇਰੇ ਹਜ਼ੂਰ ਬਾਣੀ ਵਿੱਚ ਕਿਰਪਾਲੂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਬਚਨਾਂ ਰਾਹੀਂ ਵੀ ਦੱਸਦੇ ਨੇ ਕਿ ਹੇ ਭਾਈ, ਨਿਰਗੁਣ ਆਰ ਇਆਨਿਆ
सो प्रभ सदा संभाल, जिन किया तिस चीत राख, नानक निभखी नाल उसनु संभाल उनु चित विच रख, क्योंकि गुर की मत तू ले याने, भगत बिना बहो डूबे सियाने। बड़े बड़े सियाने सूझवान ज्ञानी बंदे भी परमात्मा दी भगती तो बिना खुवार होए ने, पर जिन्ना कुल रब दी बंदगी है, गुरु दा शब्द जिन्ना ने कमा लिया है, गुरु दा शब्द कमान वाले ही असल विच सियाने होए ने। जेह को सुन त्यो तेह सोध्याई, ले उपदेश परमगत पाई। किंतु जिस गुरु दे उपदेश नु सुन दिया, इस नु मी सोझी पई, ते मानो अज सतगुरु दा उपदेश सुन के ए परम गति नु प्राप्त हुंदा है। तेलंग महला पहला, कार दूजा एक ओंकार सतगुर प्रसाद। तिलंग राग विच गुरु नानक साहब जी ने इथे शब्द उचारिया, दूसरे घर विच इनु गान दी तागीद कीती। ओ अकाल पुरख एक है, सतगुर दी कृपा नल उस दी प्राप्ति है। जिन किया तिन देखिया, क्या कहिया रे भाई। सतगुरु कहन लगे, हे भाई सुन, जिन्ने इस संसार नू बनाया साजिया है, ओ विच बैठा इस जगत नू वेख भी रहा है, ते ओदे बारे किमे कोई जबान तो अंत दी गल करे। आपे जाने करे आप, जिन वाड़ी है लाई। किंदे जिन्ने ए बगीची ए संसार वाड़ी बनाई हुई है, बाग बनाया हुआ है, ओ आप करदे बनान वाले, आप वेखदा पिए, आप सब कुछ इनू जान रहा है। राय सा प्यारे का राय सा, जित सदा सुख होई। हाँ, इको कर्म चंगे राय सा, उदियां सिवतां करनियां उदे नाम विच जुड़ना, इस प्यारे दी सिवत करन दे विच गुरु नानक साहिब किंदने सदा सुख मिलदा है। रहा जिन रंग कंक न रावया, सा पछोरे तानी। किंदने जिस जीव ने रंग विच जोबन रुते अपने कंत परमेश्वर नू मानिया नहीं। हाथ पछोड़े सिर तुने, जब रहन विहानी। पर जदो जिंदगी दी रात मुक जांदी है, जीवन गुजर जांदा है, फिर केवल पछतावा रहिंदा है, हाथ मरोड़दा है, कल्पदा है, पछतावे दे विच सिर नीवा करके चुरदा है। पछतावा ना मिले, जब चुकेगी सारी। पर साहब किंद ने पछतावा कीतियां भी फिर की मिलना, जदो जीवन दी बाजी ही बिल्कुल मुक गई। पा फिर प्यारा रावी है, जब आवेगी वारी। किन्ने फिर ता फिर ही किते दोबारा ए मनुखा वारी मिलेगी, ते उनु सिमरिया जाने। वेखो बचन सतगुरां दे, किन्ने पछतावा कीतियां भी की बनना है, कमलिया जदो जीवन दी बाजी ही खुंजा बैठा, फिर ता किते दोबारा ए मनुखा जन्म ए वारी प्राप्त होवेगी, ते किते तेनू रावण दा उसनू मानन दा समा मिलेगा। कंत लिया सोहागणी, मैं ते वद वी एहे। किंदने जिन्ना ने कंत लिया सोहागणी, मैं ते वद वी ए, जिन्ना ने उस परमात्मा गुरमुखा ने उस परमेश्वर पति नू मान लिया, ओ ता मेरे तो कितने दुगने सियाने का न। से गुण मुझे न आवनी, कै जी दोष तरे। किंतु जिन्ना गुणा करके परमात्मा नू गुरमुखा ने पाया, वो कर्म मेरे विच नहीं, वो गुण मेरे विच नहीं, ते मैं किन्नू दोष दिया, ये ता मेरा अपना कर्म है। गली असी चंगियां, आचारी बुरियां, मनो कसुता कालियां बाहर चिटबियां, पर रीस किन्ना दिए, रीसा करें तिनाड़ियां, जो सेवें दर खड़ियां। जेड़े ओदे दर ते परवान हो गए, ओदी रीस है पर कर्म ओ नहीं। एदा दोष मेरा अपने ददै, दोष ना देऊं किसे, दोष कर्मा अपनिया, जो मैं किया सो मैं पाया, दोष ना दीजे अवर जना।
ਕਿਸੇ ਹੋਰ ਨੂੰ ਇਸ ਕਰਮ ਦਾ, ਇਸ ਵਿਛੋੜੇ ਦਾ ਮੈਂ ਕੀ ਦੋਸ਼ ਦੇਵਾਂ, ਇਹ ਮੇਰਾ ਆਪਣਾ ਕਰਮ ਹੈ। ਜਿੰਨੀ ਸਖੀ ਸਹੁਰਾਵਿਆ ਤੈਨ ਪੁੱਛੋਗੀ ਜਾਏ। ਪਰ ਹਾਂ, ਜਿੰਨਾ ਸਖੀਆਂ ਨੇ, ਜਿੰਨਾ ਗੁਰਮੁਖਾਂ ਨੇ ਸੌ ਖਸਮ ਪਰਮਾਤਮਾ ਨੂੰ ਮਾਣ ਲਿਆ ਹੈ, ਜਿਨ੍ਹਾਂ ਨੂੰ ਉਹ ਪਰਮੇਸ਼ਰ ਮਿਲਿਆ ਹੋਇਆ, ਮੈਂ ਉਹਨਾਂ ਨੂੰ ਜਾ ਕੇ ਉਹਦੀ ਖਬਰ ਪੁੱਛਾਂਗੀ। ਪਾਏ ਲਗੋ ਬੇਨਤੀ ਕਰਾਂ ਲਿਓਗੀ ਪੰਥ ਬਤਾਏ। ਉਹਨਾਂ ਦੇ ਪੈਰੀ ਪੈ ਕੇ ਵੀ, ਬੇਨਤੀ ਕਰਕੇ ਵੀ ਮੈਂ ਪੁੱਛਾਂਗੀ ਕਿ ਮੈਨੂੰ ਰਸਤਾ ਦੱਸ ਦਿਓ ਵੀ ਪਿਆਰਾ ਵਾਹਿਗੁਰੂ ਕਿਵੇਂ ਮਿਲਦਾ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ, ਤਿਸ ਪੈ ਆਪ ਵਿਚਾਈ ਦਰਸ਼ਨ ਖਰ ਦੇਖਣ ਕਹਿ ਤਾਈ, ਕੋਈ ਜਨ ਖਰ ਸਿਉ ਦੇਵੈ ਜੋਰ, ਚਰਨ ਕਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਪੋਰ। ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਫਿਰ ਉਹ ਜਿਗਿਆਸੂ ਕਹਿੰਦਾ, ਮੈਂ ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛਾਂ, ਉਹਨਾਂ ਅੱਗੇ ਮਿੰਨਤ ਕਰਾਂ, ਤਰਲਾ ਕਰਾਂ, ਪੈਰੀ ਪਵਾਂ ਤੇ ਪੈਰੀ ਪੈ ਕੇ ਉਹਨਾਂ ਨੂੰ ਬੇਨਤੀ ਕਰਕੇ ਮਨਾਵਾਂ ਕਿ ਮੈਨੂੰ ਦੱਸੋ ਕਿਹੜੇ ਰਾਹ ਤੇ ਚੱਲਿਆ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੁਕਮ ਪਛਾਣ ਨਾਨਕ ਭਾਉ ਚੰਦਨ ਲਾਵੇ। ਸਤਿਗੁਰੂ ਕਹਿੰਦੇ ਨੇ, ਜਿਹੜੇ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨ ਲੈਂਦੇ ਨੇ ਤੇ ਰੱਬ ਦੇ ਭੈ ਦਾ ਮਾਨੋ ਉਹਨਾਂ ਨੇ ਚੰਦਨ ਕਸਾਇਆ ਹੈ। ਗੁਣ ਕਾਮਣ ਕਾਮਣ ਕਰੇ ਕਉ ਪਿਆਰੇ ਕਉ ਪਾਵੇ। ਕਹਿੰਦੇ ਨੇ ਜਦੋਂ ਕਾਮਣ ਜੀਵ ਇਸਤਰੀ, ਕਾਮਣ ਟੂਣਾ ਵੀ ਹੈ, ਇੱਥੇ ਵੀ ਸਤਿਗੁਰੂ ਕਹਿੰਦੇ ਨੇ ਜਦੋਂ ਕਾਮਣ ਜੀਵ ਇਸਤਰੀ ਗੁਣਾ ਦਾ, ਸ਼ੁਭ ਗੁਣਾ ਦਾ ਹਾਰ ਪਰੋ ਲਵੇ ਤਾਂ ਜਾ ਕੇ ਉਸ ਪ੍ਰੀਤਮ ਨੂੰ, ਉਸ ਪਿਆਰੇ ਨੂੰ ਮਾਣ ਦੀਏ। ਪਰ ਇੱਥੇ ਟੂਣਾ ਸ਼ਬਦ ਦਾ ਮਤਲਬ ਬੁਰਾ ਨਹੀਂ, ਧਿਆਨ ਰੱਖਿਓ। ਸਤਿਗੁਰੂ ਕਹਿੰਦੇ ਜਦੋਂ ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਵੇਗੀ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ। ਕਹਿੰਦੇ ਨੇ ਜਿਹੜਾ ਉਸ ਪ੍ਰੀਤਮ ਵਿੱਚ ਆਪਣੇ ਮਾਲਕ ਦੇ ਵਿੱਚ ਮਿਲਿਆ ਹੈ, ਇੱਕ ਮਿਕ ਹੋਇਆ ਹਿਰਦਾ, ਉਹੀ ਅਸਲ ਦੇ ਵਿੱਚ ਮਿਲਿਆ ਜਾਣੋ। ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਪਰ ਸਾਹਿਬ ਕਹਿੰਦੇ ਨੇ ਜੇਕਰ ਕੱਲਾ ਗੱਲਾਂ ਨਾਲ, ਬਾਤਾਂ ਨਾਲ ਇਹ ਜ਼ਿਕਰ ਕਰੀਏ, ਲੋਚਾ ਵੀ ਹੋਵੇ, ਕਾਮਨਾ ਵੀ ਹੋਵੇ, ਪਰ ਸਤਿਗੁਰੂ ਕਹਿੰਦੇ ਨੇ ਕੱਲੀਆਂ ਗੱਲਾਂ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਭਾਤ ਮਿਲੈ ਫੁਨ ਭਾਤ ਕਉ ਲਿਵ ਲਿਵੈ ਕੋ ਧਾਵੈ। ਕਹਿੰਦੇ ਨੇ ਜਿਵੇਂ ਇੱਕ ਬਾਹਰ ਦੀ ਧਾਤ ਧਾਤ ਨੂੰ ਖਿੱਚਦੀ ਹੈ, ਇਸੇ ਤਰ੍ਹਾਂ ਲਿਵ ਦਾ ਮਾਰਗ ਹੈ। ਜਦੋਂ ਪਰਮੇਸ਼ਵਰ ਦੇ ਚਰਨਾਂ ਵਿੱਚ ਲਿਵ ਜੁੜਦੀ ਏ ਤੇ ਉਹ ਪ੍ਰੀਤਮ ਦੇ ਮਿਲਾਪ ਦੀ ਅਵਸਥਾ ਬਣਦੀ ਹੈ। ਗੁਰ ਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ। ਜਿਨ੍ਹਾਂ ਉੱਪਰ ਗੁਰੂ ਦਾ ਪ੍ਰਸਾਦ ਕਿਰਪਾ ਵਰਤਗੀ ਉਹ ਅਨਭਉ ਉਸ ਪਰਮੇਸ਼ਵਰ ਨੂੰ ਪਾ ਲੈਂਦੇ ਨੇ, ਉਹ ਉੱਚੀ ਅਵਸਥਾ ਦੇ ਮਿਲਾਪ ਦੇ ਹੱਕਦਾਰ ਮਾਲਕ ਬਣਦੇ ਨੇ। ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ। ਕਹਿੰਦੇ ਨੇ ਜੇ ਕੇਵਲ ਪਾਨਾ ਦੀ ਸੁਗੰਧੀ ਦੀ ਵਾੜੀ ਵੀ ਹੋਵੇ, ਘਰ ਮੁਸ਼ਕ ਹੋਵੇ, ਉਹਦਾ ਰਸ ਹੋਵੇ, ਪਰ ਉਹਦੀ ਸਾਰ ਕੱਲੀ ਖਰ ਬਿਰਤੀ ਵਾਲਾ ਸੁਗੰਧੀ ਨੂੰ ਨਹੀਂ ਜਾਣਦਾ। ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੇ। ਪਰ ਹਾਂ, ਭਵਰੇ ਨੂੰ ਪਤਾ ਵੀ ਉਸ ਵਾੜੀ ਦੀ, ਉਸ ਬਗੀਚੀ ਦੇ ਵਿੱਚੋਂ ਫੁੱਲਾਂ ਦੀ ਸੁਗੰਧੀ ਕੀ, ਖਰ ਨੂੰ ਕੀ ਸਾਰ ਉਸ ਸੁਗੰਧੀ ਦੀ, ਉਸ ਰਸ ਦੀ। ਪਰ ਭਵਰਾ ਕੋਈ ਬਣ ਜਾਏ, ਗੁਰੂ ਸਾਹਿਬ ਦੇ ਬਚਨ ਦਾ ਭਾਵ ਇਹ ਵੇ ਕਿ ਇੱਥੇ ਨਾਮ ਦੀ ਸੁਗੰਧੀ ਵੰਡਦੇ ਪਏ ਨੇ ਗੁਰੂ ਸਾਹਿਬ, ਨਾਮ ਦੇ ਅਮਿਓਂ ਝਰਨੇ ਚੱਲਦੇ ਪਏ ਨੇ ਗੁਰੂ ਦੇ ਦਰਬਾਰ, ਪਰ ਖਰ ਬਿਰਤੀ ਵਾਲਾ ਇੱਥੋਂ ਵੀ ਸੱਖਣਾ ਹੈ ਨਹੀਂ ਜਾਣਦਾ। ਪਰ ਜਦੋਂ ਕੋਈ ਨਾਮ ਦਾ ਰਸੀਆ, ਕੋਈ ਉਹਦੇ ਚਰਨਾਂ ਦਾ ਭਵਰਾ ਹੁੰਦਾ ਹੈ ਤੇ ਉਹ ਇਸ ਸਰੋਵਰ ਦੇ ਵਿੱਚੋਂ ਅੰਮ੍ਰਿਤ ਰਸ ਨੂੰ, ਇਸ ਖਿੜੇ ਹੋਏ ਕਮਲ ਦੇ ਵਿੱਚੋਂ ਵੀ ਅੰਮ੍ਰਿਤ ਰਸ ਨੂੰ ਮਾਣ ਲੈਂਦਾ ਹੈ। ਆਪਿਓ ਪੀਵੈ ਜੋ ਨਾਨਕ ਪ੍ਰਮ ਪ੍ਰਮ ਸਮਾਵੈ। ਕਹਿੰਦੇ ਜਿਹੜੇ ਉਹਦੇ ਨਾਮ ਅੰਮ੍ਰਿਤ ਨੂੰ ਪੀ ਲੈਂਦੇ ਨੇ,
ਉਹਦੇ ਅੰਦਰੋਂ ਫਿਰ ਭਰਮ ਕੱਟਿਆ ਜਾਂਦਾ ਹੈ, ਭੁਲੇਖੇ ਜਿਹੜੇ ਨੇ ਉਹ ਨਾਸ਼ ਹੁੰਦੇ ਨੇ। ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ। ਕਹਿੰਦੇ ਉਹ ਸਹਿਜ ਨੂੰ ਧਿਆਂਦਾ, ਸਹਿਜ ਵਿੱਚ ਉਸ ਸਹਿਜ ਨੂੰ ਮਿਲ ਪੈਂਦਾ। ਫਿਰ ਬੇਨਤੀ ਕਰਾਂਗਾ, ਇੱਕ ਸਹਿਜ ਸ਼ਬਦ ਅਵਸਥਾ ਲਈ, ਇੱਕ ਸਹਿਜ ਉਸ ਪਰਮੇਸ਼ਰ ਵਾਸਤੇ ਕਿ ਸਹਿਜ ਵਿੱਚ ਟਿਕਿਆ ਹੋਇਆ ਉਸ ਸਹਿਜ ਪਰਿਪੂਰਨ ਕਰਤੇ ਨੂੰ ਉਹ ਮਿਲ ਪੈਂਦੇ ਨੇ। ਦੋਹਰਾ ਮਾਨ ਚੰਦ ਸੁਣ ਸ਼ਬਦ ਕੋ ਬੋਲਿਓ ਕੁਛ ਸੁਖ ਪਾਏ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਅਗੰਮੀ ਵਾਕ ਬਚਨ ਸੁਣਿਆ ਤੇ ਭਾਈ ਮਾਨ ਚੰਦ ਨੂੰ ਕੁਝ ਸਮਝ ਪਈ ਤੇ ਉਹ ਆਪ ਸਤਿਗੁਰੂ ਅੱਗੇ ਬੋਲਦਾ ਹੈ। ਜਗਤ ਬਖੈ ਇਹ ਜੀਵ ਕੋ ਭਲਾ ਹੋਤ ਕਿਹੇ ਪਾਏ। ਸਤਿਗੁਰੂ ਨੂੰ ਬੇਨਤੀ ਕਰਦਾ ਵੀ ਦਾਤਾ ਫਿਰ ਦੱਸੋ ਇਸ ਜਗਤ ਦੇ ਵਿੱਚ ਜੀਵ ਦਾ ਭਲਾ ਕਿਵੇਂ ਹੁੰਦਾ। ਇਹ ਬੜੀਆਂ ਪਿਛਲੇ ਪ੍ਰਸੰਗ ਤੋਂ ਗੁਰਮਤ ਦੇ ਉਹ ਪੱਖ ਪਰਮਾਰਥੀ ਜਿਹੜੇ ਜਗਿਆਸੂ ਨੇ ਮਿਲਾਪ ਦਾ ਰਾਹ ਲੱਭਦੇ ਪਏ ਨੇ, ਇਹ ਵੀ ਪੁੱਛਦਾ ਪਿਆ ਮਹਾਰਾਜ ਵੀ ਇਹ ਦੱਸੋ ਵੀ ਜਗਤ ਦੇ ਵਿੱਚ ਇਸ ਜੀਵ ਦਾ ਇਸ ਜਿੰਦ ਦਾ ਭਲਾ ਕਿਸ ਵਿਧ ਹੁੰਦਾ ਹੈ। ਇਹ ਸ਼ਿਨ ਸ਼੍ਰੀ ਗੁਰ ਬੈਨ ਬਖਾਨੇ ਇਸ ਵਿਧ ਭਲਾ ਜੀਵ ਨਿਜ ਜਾਣੇ। ਕਹਿੰਦੇ ਸੁਣ ਭਾਈ ਮਾਨ ਚੰਦ ਧਿਆਨ ਨਾਲ ਮੈਂ ਤੈਨੂੰ ਦੱਸਣਾ ਵੀ ਇਸ ਸੰਸਾਰ ਵਿੱਚ ਇਸ ਜੀਵ ਦਾ ਭਲਾ ਕਿਵੇਂ ਹੋਵੇਗਾ। ਸਵਾਸ ਸਵਾਸ ਜਾਦੰ ਕਰਤਾਰਾ ਬਿਨਾ ਨਾਮ ਨਹਿ ਹੋਏ ਨਿਸਤਾਰਾ। ਕਿਤੇ ਦਾ ਇੱਕੋ ਹਾਲ ਏ ਕਿ ਸਵਾਸ ਸਵਾਸ ਨਿਰੰਕਾਰ ਨੂੰ ਚੇਤੇ ਕਰੇ, ਬਿਨਾ ਨਾਮ ਤੋਂ ਇਸ ਜੀਵ ਦਾ ਨਿਸਤਾਰਾ ਇਹਦਾ ਉਧਾਰ ਨਹੀਂ ਹੋ ਸਕਦਾ। ਨਿਫਲੰਗ ਤਸਿਐ ਜਨਮਸਿਐ ਜਾਵਦ ਬ੍ਰਹਮ ਨ ਬਿੰਦਤੇ ਸਾਕਰੰ ਸੰਸਾਰਸਿਐ ਗੁਰ ਪ੍ਰਸਾਦੀ ਤਰ੍ਹਾਂ ਕਿ ਓਨੀ ਦੇਰ ਇਸ ਜੀਵ ਦਾ ਜਗਤ ਵਿੱਚ ਉਧਾਰ ਨਹੀਂ, ਜਿੰਨੀ ਦੇਰ ਉਹਦਾ ਨਾਮ ਨਹੀਂ ਉਹਦਾ ਕਿਰਪਾ ਦਾ ਪ੍ਰਸਾਦ ਨਹੀਂ ਮਿਲਿਆ। ਸਤਿਗੁਰੂ ਕਹਿੰਦੇ ਨੇ ਸਵਾਸ ਸਵਾਸ ਉਹਦੇ ਨਾਮ ਨੂੰ ਸਿਮਰਿਆ ਹੀ ਇਸ ਜਿੰਦ ਦਾ ਭਲਾ ਹੈ। ਬੰਦੇ ਬੰਦਗੀ ਇਖਤਿਆਰ ਜੀਵਨ ਦਾ ਆਧਾਰ ਬਣ ਜੇ ਬੰਦਗੀ, ਤਾਂ ਹੀ ਤਾਂ ਗੁਰਮੁਖੋ ਬੰਦਗੀ ਹੈ ਤੇ ਜ਼ਿੰਦਗੀ ਹੈ। ਖਿਮਾ ਕਰਿਓ, ਜ਼ਿੰਦਗੀ ਬਿਨਾਂ ਤੇ ਬੰਦਗੀ ਤੋਂ ਬਿਨਾਂ ਤੇ ਜ਼ਿੰਦਗੀ ਵੀ ਕਈ ਵਾਰ ਗੰਦਗੀ ਰਹਿ ਜਾਂਦੀ ਹੈ। ਸੱਚੀ ਗੱਲ ਹੈ, ਸਤਿਗੁਰੂ ਇਸੇ ਨੂੰ ਅੱਜ ਸਾਹਿਬ ਸਮਝਾਉਂਦੇ ਕਹਿ ਰਹੇ ਨੇ ਇਸ ਜੀਵ ਦਾ ਉਧਾਰ ਹੀ ਇਹਦੇ ਵਿੱਚ ਨਾਮ ਵਿੱਚ ਇਹਦਾ ਨਿਸਤਾਰਾ ਹੋਣਾ ਹੈ। ਬੂਜਤ ਮਾਨ ਚੰਦ ਯੁਤ ਪ੍ਰੀਤੀ ਪ੍ਰਭੂ ਬਤਾਵੋ ਅਵੇ ਸ੍ਰੀਤੀ। ਹੱਥ ਜੋੜ ਬੇਨਤੀ ਕਰਕੇ ਪੁੱਛਦਾ ਮਾਨ ਚੰਦ ਕਿਤਾ ਮਹਾਰਾਜ ਇਸ ਨੂੰ ਵੀ ਖੋਲ ਕੇ ਦੱਸੋ ਹੁਣ ਜਰਾ। ਬੜੇ ਪ੍ਰੇਮ ਵਿੱਚ ਜਗਿਆਸੂ ਭਾਵ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਤੇ ਸੁਰਤ ਦਾ ਟਿਕਾ ਬੜਾ ਭਾਈ ਮਾਨ ਚੰਦ ਦਾ ਬਣਿਆ ਹੋਇਆ। ਇੱਕ ਇੱਕ ਗੁਰੂ ਦਾ ਸ਼ਬਦ ਬੜੇ ਧਿਆਨ ਨਾਲ ਸੁਣ ਰਿਹਾ ਤੇ ਕਹਿੰਦਾ ਮਹਾਰਾਜ ਇਸ ਰੀਤੀ ਬਾਰੇ ਇਹਦੇ ਬਾਰੇ ਵੀ ਦੱਸਣਾ ਕਰੋ। ਜਾਂ ਤੇ ਸਿਮਰੋ ਨਾਮ ਸਦਾਈ ਹਿਰਦੈ ਨਾ ਬਿਸਰਹਿ ਪ੍ਰਭੂ ਕਦਾਈ। ਕਹਿੰਦੇ ਮਹਾਰਾਜ ਕੋਈ ਕਿਰਪਾ ਕਰੋ ਵੀ ਨਾਮ ਮੈਂ ਸਿਮਰਦਾ ਰਵਾਂ, ਕਦੀ ਪਰਮਾਤਮਾ ਭੁੱਲੇ ਨਾ, ਕਦੀ ਮੈਨੂੰ ਵਿਸਰੇ ਨਾ, ਕੋਈ ਇਹਦੇ ਬਾਰੇ ਵੀ ਆਪ ਕਿਰਪਾ ਕਰਕੇ ਦੱਸੋ। ਦੋਹਰਾ ਗੁਰ ਕਹੈ ਸੰਸਾ ਨਹਿ ਕਰੋ ਸ਼ੁਧਾ ਨਗਨ ਕੋ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਸ ਸਭ ਤੋਂ ਪਹਿਲਾ ਕਰਮ ਇਹ ਕਰ, ਨੰਗ ਭੁੱਖ ਦੀ ਫਿਕਰ ਨਾ ਕਰੀ। ਸ਼ੁਧਾ ਨਗਨ ਕੋ, ਨੰਗ ਭੁੱਖ ਦੀ ਫਿਕਰ ਨਹੀਂ ਕਰਨੀ। ਇਹ ਭਾਵ ਹੈ ਨਾਮ ਜਪਣਾ ਤੇ ਫਿਰ ਸੰਸਾਰ ਵਿੱਚ ਇਸ ਤਰ੍ਹਾਂ ਵਿਚਰਨਾ ਜਿਵੇਂ ਪਾਣੀ ਦੇ ਵਿੱਚ ਮੁਰਗਾ ਵੀ ਤਰਦੀ ਹੈ, ਜਿਵੇਂ ਚਿੱਕੜ ਦੇ ਵਿੱਚ ਕਮਲ ਨਿਰਲੇਪ ਰਹਿੰਦਾ। ਫਿਰ ਮਹਾਰਾਜ ਕਹਿੰਦੇ ਨੰਗ ਭੁੱਖ ਦੀ ਫਿਕਰ ਨਹੀਂ ਕਰਨੀ। ਘਰ ਦੇ ਹਾਲਾਤ ਕਰਕੇ ਸਮੇਂ ਦੇ ਇਹਦਾ ਮੈਂ ਫਿਰ ਬੇਨਤੀ ਕਰਾਂਗਾ, ਨਾਮ ਬੰਦਗੀ ਦੇ ਵਿੱਚ ਤੇਰਾ ਆਰਥਿਕ ਪੱਧਰ ਰੁਕਾਵਟ ਨਹੀਂ ਬਣਨਾ ਚਾਹੀਦਾ। ਨਾਮ ਜਪਣਾ ਤੇ ਲਾਲੋ ਜੀ ਵਰਗਾ, ਭਾਈ ਲਾਲੋ ਜੀ ਵਰਗਾ ਜੀਵਨ ਬਣ ਜਾਏ।
ਨਾਮ ਧਿਆਂਦਿਆਂ ਅਵਸਥਾ ਉਹ ਬਣੀ ਕੋਵੇ, ਕੋਦਰਾ ਵੀ ਮਿਲੇ ਤੇ ਉੱਥੇ ਵੀ ਅੰਮ੍ਰਿਤ ਝਰਨੇ ਚੱਲਦੇ ਹੋਣ, ਅੰਮ੍ਰਿਤ ਨਾਮ ਦੀ ਵਰਖਾ ਹੁੰਦੀ ਹੋਵੇ। ਸਤਿਗੁਰੂ ਕਹਿੰਦੇ ਨੇ ਪਹਿਲਾ ਮਾਰਗ ਇਹ ਵੇ, ਜੇ ਨਾਮ ਵਿੱਚ ਪ੍ਰੀਤ ਜੋੜਨੀ ਹੈ, ਕਿਸੇ ਵੀ ਹਾਲ ਵਿੱਚ ਹੋਵੇ, ਕੋਈ ਤੇਰੇ ਜੀਵਨ ਦਾ ਮਾਰਗ ਹੋਵੇ, ਕਿਤੇ ਵੀ ਹੋਵੇ, ਪਰ ਉਸ ਫਿਕਰ ਨੂੰ ਮੇਚ ਕੇ ਕੇਵਲ ਨਿਰੰਕਾਰ ਨੂੰ ਚਿੱਤ ਵਸਾਣਾ ਹੈ। ਇੱਕ ਸੰਸਾ ਮਨ ਰੱਖੀਐ ਬਿਸਰੈ ਨਹਿ ਪ੍ਰਭ ਸੋਏ। ਬਸ ਇੱਕੋ ਡਰ ਮਨ ਵਿੱਚ ਰੱਖਣਾ ਵੀ ਰੱਬ ਨਾ ਕਦੀ ਭੁੱਲੇ, ਹੋਰ ਕੋਈ ਡਰ ਨਹੀਂ ਰੱਖਣਾ। ਬੜਾ ਫਰਕ ਹੈ ਜ਼ਿੰਦਗੀ ਵਿੱਚ, ਕਿੰਨੀ ਤਬਦੀਲੀ ਹੈ ਉਸ ਨਾਮ ਰਸੀਏ ਦੇ ਜੀਵਨ ਅੰਦਰ। ਸਤਿਗੁਰੂ ਕਹਿੰਦੇ ਨੇ ਖੇਡ ਹੀ ਉਲਟ ਜਾਏ ਤੇਰੀ, ਇੱਕੋ ਡਰ ਜੀਵਨ ਵਿੱਚ ਰਹਿਣਾ ਕਿ ਰੱਬ ਨਾ ਭੁੱਲੇ, ਪਰਮਾਤਮਾ ਦੀ ਯਾਦ ਨਾ ਵਿਸਰੇ। ਤੇ ਜੇ ਇਹ ਡਰ ਇਹ ਭੈ ਜੀਵਨ ਵਿੱਚ ਆ ਗਿਆ ਤੇ ਜਪਣ ਲਈ ਉੱਦਮ ਕਰੇਗਾ, ਤੇ ਜੇ ਕਿਤੇ ਇਸ ਭੈ ਵੱਲੋਂ ਗਾਫਲ ਹੋ ਜਾਂਦਾ, ਗਾਫਲ ਆਲਸੀ ਹੋਇਆ ਮਨ ਢੇਰੀ ਢਾਹ ਕੇ ਬਹਿ ਜਾਂਦਾ, ਇਹ ਅੱਜ ਭਲਕ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਨੂੰ ਕੱਢ ਦਿੰਦਾ ਹੈ। ਨਾਮ ਦੀ ਗੱਲ ਕਰੀਏ, ਬੰਦਗੀ ਦੀ ਗੱਲ ਕਰੀਏ, ਤੇ ਸਤਿਗੁਰੂ ਕਹਿੰਦੇ ਨੇ ਕਦੀ ਕੱਲ੍ਹ ਤੋਂ ਨਹੀਂ ਸ਼ੁਰੂ ਕਰਨਾ। ਧਰਮ ਦੀ ਵਿਆਖਿਆ ਹੀ ਸਾਹਿਬ ਇੱਥੋਂ ਕਰਦੇ ਨੇ ਕਿ ਹੁਣ ਤੋਂ, ਇਸ ਵੇਲੇ ਤੋਂ, ਇਸ ਦਮ ਤੋਂ, ਇਸ ਸਵਾਸ ਤੋਂ ਸ਼ੁਰੂ ਕਰਦੇ। ਹਰ ਜਪਦਿਆਂ ਖਿਨ ਢਿੱਲ ਨਾ ਕੀਚੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ। ਪਤਾ ਨਹੀਂ ਅਗਲਾ ਸਵਾਸ, ਅਗਲਾ ਪ੍ਰਾਣ ਤੇਰੀ ਜ਼ਿੰਦਗੀ ਦਾ ਹੈ ਕਿ ਨਹੀਂ। ਇਸ ਕਰਕੇ ਧਰਮ ਨੂੰ ਕਮਾਣ ਲੱਗਿਆ ਨਹਿ ਬਿਲੰਬ ਧਰਮੰ, ਬਿਲੰਬ ਪਾਪੰ, ਦਿਰੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖ ਨਾਸੰਗ। ਕਹਿੰਦੇ ਜੇ ਧਰਮ ਨੂੰ ਕਮਾਉਣਾ ਤੇ ਦੇਰੀ ਨਹੀਂ ਕਰਨੀ, ਅੱਜ ਭਲਕ ਤੇ ਗੱਲ ਨਹੀਂ ਸੁੱਟਣੀ। ਸਤਿਗੁਰੂ ਕਹਿੰਦੇ ਨੇ ਇਹ ਭੈ ਜੀਵਨ ਵਿੱਚ ਰੱਖਣਾ ਕਿ ਤੈਨੂੰ ਰੱਬ ਕਦੀ ਨਾ ਭੁੱਲੇ, ਪਰਮਾਤਮਾ ਕਦੀ ਨਾ ਵਿਸਰੇ। ਇਸ ਪ੍ਰਕਾਰ ਕੀ ਸੁਣ ਕਰ ਬਾਣੀ, ਪਰ ਚਰਨ ਪਰ ਬਿਨੈ ਬਖਾਨੀ। ਇਹ ਸਤਿਗੁਰ ਦੀ ਅਗੰਮੀ ਬਾਣੀ ਸੁਣ ਕੇ ਭਾਈ ਮਾਨ ਚੰਦ ਸਾਹਿਬ ਦੇ ਚਰਨਾਂ ਦੇ ਵਿੱਚ ਫਿਰ ਨਮਸਕਾਰ ਕਰਦਾ ਹੈ। ਇਹ ਸ਼ਿਨ ਇੱਕ ਡੰਡਾ ਕਰ ਮਾਹੀ, ਬਖਸ਼ਿਓ ਜਾਣ ਦਾਸ ਗੁਰ ਤਾਹੀ। ਸਤਿਗੁਰੂ ਨੇ ਅੱਜ ਭਾਈ ਮਾਨ ਚੰਦ ਨੂੰ ਆਪਣਾ ਦਾਸ ਬਣਾ ਲਿਆ, ਸਿੱਖ ਬਣਾਇਆ। ਆਪੇ ਸਤਿਗੁਰੂ ਦੇ ਪ੍ਰਚਾਰਕ ਥਾਪੇ ਸਾਹਿਬ ਨੇ ਇੱਧਰ ਅਫਗਾਨ ਵਾਲੇ ਪਾਸੇ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿੱਖ ਨਵਾਜਿਆ ਭਾਈ ਮਾਨ ਚੰਦ ਖੱਤਰੀ। ਇਹ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਇੰਨਾ ਨਵਾਜਿਆ ਗਿਆ, ਇਹਨੇ ਫਿਰ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਬੜੇ ਟੁੱਟਿਆਂ ਨੂੰ ਗੰਢ ਲਿਆ ਗੁਰੂ ਦੇ ਚਰਨਾਂ ਵਿੱਚ। ਸਤਿਗੁਰੂ ਦੇ ਹੱਥ ਵਿੱਚ ਭਾਈ ਸਾਹਿਬ ਕਹਿੰਦੇ ਨੇ ਇੱਕ ਡੰਡਾ ਹੈ, ਸੋਟਾ ਹੈ। ਭਾਈ ਮਾਨ ਚੰਦ ਨੂੰ ਆਪਣਾ ਦਾਸ ਬਣਾ ਕੇ ਬਖਸ਼ਿਸ਼ ਦੇ ਰੂਪ ਵਿੱਚ ਉਹ ਡੰਡਾ ਇਹਨੂੰ ਬਖਸ਼ ਦਿੱਤਾ। ਮਾਨ ਚੰਦ ਲੈ ਸਿਰ ਪਰ ਧਰਿਓ, ਜਨਮ ਮਰਨ ਕੋ ਸਭ ਦੁੱਖ ਹਰਿਓ। ਤੇ ਗੁਰੂ ਕੇ ਸਿੱਖ ਨੇ ਵੀ ਗੁਰੂ ਦੀ ਬਖਸ਼ਿਸ਼ ਲੈ ਕੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਰੱਖਿਆ, ਉਸ ਡੰਡੇ ਨੂੰ ਗੁਰੂ ਦੀ ਬਖਸ਼ਿਸ਼ ਜਾਣ ਕੇ ਆਪਣੇ ਸਿਰ ਨਾਲ ਛੁਕਾਇਆ। ਗੁਰੂ ਦੀ ਰਹਿਮਤ ਹੈ, ਗੁਰੂ ਦੀ ਬਖਸ਼ਿਸ਼ ਕਿਸੇ ਰੂਪ ਵਿੱਚ ਵੀ ਹੋਵੇ। ਵੇਖੋ ਕਈਆਂ ਨੂੰ ਨਾਵਾਂ ਦੇ ਰੂਪ ਵਿੱਚ, ਦਾਨਾ ਨਾਮ ਹੈ ਮਰਦਾਨਾ ਜੀ ਤਾਂ ਬਖਸ਼ਿਸ਼ ਹੈ, ਨਾਮ ਤਾਂ ਭਾਈ ਬੁੱਢਾ ਹੈ, ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਦੀ ਕਿਰਪਾ ਹੈ, ਉਹ ਤਾਂ ਸਤਿਗੁਰ ਦੀ ਬਖਸ਼ਿਸ਼ ਹੈ ਗੁਰੂ ਦੀ। ਉਹ ਤਾਂ ਇਸੇ ਤਰ੍ਹਾਂ ਗਰੀਬ ਨਵਾਜ ਸੱਚੇ ਸਰਕਾਰ ਇਹ ਬਖਸ਼ਿਸ਼ ਦੇ ਰੂਪ ਵਿੱਚ ਇਹਨੂੰ ਇੱਕ ਡੰਡਾ ਬਖਸ਼ ਰਹੇ ਨੇ। ਇਹਨੇ ਵੀ ਸਤਿਗੁਰ ਦੀ ਇਹ ਉੱਤਮ ਦਾਤ ਮਹਾਨ ਬਖਸ਼ਿਸ਼ ਜਾਣ ਕੇ ਇਹਨੂੰ ਆਪਣੇ ਸੀਸ ਉੱਪਰ ਛੁਆਇਆ, ਤੇ ਮਾਨੋ ਉਹ ਬਖਸ਼ਿਸ਼ ਨੂੰ ਸਪਰਸ਼ ਕਰਦਿਆਂ ਇਹਦਾ ਜੰਮਨ ਮਰਨ ਅੱਜ ਮਿਟ ਗਿਆ। ਪ੍ਰੇਮ ਵਿਸ਼ਾਲ ਬਣਿਓ ਮਸਤਾਨਾ, ਮਹਾਂਪੁਰਖ ਭਇਆ ਪੂਰਨ ਗਿਆਨ। ਕਹਿੰਦੇ ਨੇ ਏਡੇ ਵੱਡੇ ਮਹਾਂਪੁਰਖ ਹੋ ਨਿਬੜੇ, ਸਤਿਗੁਰ ਦੀ ਬਖਸ਼ਿਸ਼ ਨਾਲ ਅੰਦਰ ਬ੍ਰਹਮ ਗਿਆਨ ਉਪਜਿਆ। ਵੇਖੋ ਮੈਂ ਇੱਕ ਬੇਨਤੀ ਹੋਰ ਕਰ ਦਿੰਦਾ, ਗੱਲ ਤਾਂ ਸਿਰਫ ਪਕੜਨ ਦੀ ਇਹ ਵੇ ਕਿ ਗੁਰੂ ਦਾ ਸ਼ਬਦ ਕੀ ਹੈ,
ਗੁਰੂ ਹਰਕ੍ਰਿਸ਼ਨ ਸਾਹਿਬ ਭਾਈ ਛੱਜੂ ਦੇ ਸਿਰ ਉੱਪਰ ਛੜੀ ਰੱਖਦੇ ਨੇ ਤੇ ਮੇਰੇ ਵਰਗਾ ਗਿਆਨੀ ਅੱਜ ਮਜ਼ਾਕ ਵੀ ਬਣਾਉਂਦਾ ਵੀ ਵੇਖੋ ਛੜੀਆਂ ਰਾਹੀਂ ਕਿਰਪਾ ਤੁਰਦੀ ਤੇ ਅੰਗਾਂ ਲੰਘਦੀ ਹੈ। ਇਹ ਕਹਾਣੀਆਂ ਨੇ ਜੀ ਕੱਲੀਆਂ, ਇਹ ਕਿਸੇ ਨੇ ਐਵੇਂ ਮਿਲਾਵਟ ਕਰ ਦਿੱਤੀ ਸਾਡੇ ਇਤਿਹਾਸ ਵਿੱਚ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਅਮਰਦਾਸ ਸਤਿਗੁਰੂ ਜੀ ਭਾਈ ਪ੍ਰੇਮਾ ਕੋਟ ਦਾ ਭਰਿਆ ਸਰੀਰ ਲੈ ਕੇ ਗੁਰੂ ਅਮਰਦਾਸ ਕੋਲ ਆਇਆ ਸੀ ਤੇ ਗੁਰੂ ਸਾਹਿਬ ਨੇ ਇੱਕੋ ਸ਼ਬਦ ਕਿਹਾ ਵੀ ਜਿਸ ਜਲ ਵਿੱਚ ਅਸੀਂ ਇਸ਼ਨਾਨ ਕਰਨੇ ਆ ਉਸ ਜਲ ਵਿੱਚ ਇਹਨੂੰ ਇਸ਼ਨਾਨ ਕਰਾਓ, ਉਸ ਜਲ ਵਿੱਚ ਇਸ ਨੂੰ ਇਸ਼ਨਾਨ ਕਰਾਓ ਤੇ ਡਰਿਓ ਨਾ, ਭਾਵਨਾ ਨੂੰ ਕਾਇਮ ਰੱਖੋ ਵੀ ਇਹ ਨਹੀਂ ਵੀ ਪਾਣੀ ਨੇ ਕੋੜ ਧੋ ਦਿੱਤਾ, ਉਹ ਪਾਣੀ ਨਹੀਂ ਰਿਹਾ। ਉੱਥੇ ਗੁਰੂ ਦਾ ਸ਼ਬਦ ਵਰਤ ਗਿਆ, ਵੇਖੋ ਪਾਣੀ ਅਸੀਂ ਪੀਂਦੇ ਵੀ ਹਾਂ, ਉਹਦੇ ਨਾਲ ਇਸ਼ਨਾਨ ਵੀ ਕਰਨੇ ਆ, ਪਰ ਜਦੋਂ ਉਹੀ ਪਾਣੀ ਬਾਟੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਗੁਰੂ ਦੀ ਖਜੂਰੀ ਵਿੱਚ ਆ ਜਾਂਦਾ ਹੈ, ਉਹਦੇ ਵਿੱਚ ਖੰਡਾ ਟਿਕ ਜਾਂਦਾ ਹੈ, ਗੁਰੂ ਦੇ ਚਰਨਾਂ ਵਿੱਚ ਪੰਜ ਪਿਆਰੇ ਤਿਆਰ ਬਰ ਤਿਆਰ ਹੋ ਕੇ ਅਰਦਾਸ ਬੇਨਤੀ ਕਰ ਦਿੰਦੇ ਨੇ, ਇੱਕ ਇੱਕ ਪਿਆਰਾ ਫਿਰ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਤੇ ਹਦਾਇਤ ਇਹ ਵੇ, ਮਰਿਆਦਾ ਇਹ ਵੇ, ਪੰਜਾਂ ਦੇ ਹੱਥ ਬਾਟੇ ਨੂੰ ਹੋਣ। ਇੱਕ ਪਿਆਰਾ ਜਿਹੜਾ ਬਾਣੀ ਪੜ੍ਹਦਾ ਉਹਦਾ ਇੱਕ ਹੱਥ ਖੰਡੇ ਤੇ ਇੱਕ ਹੱਥ ਬਾਟੇ ਤੇ, ਇਹ ਨਹੀਂ ਵੀ ਨੇਤਰ ਕਦੀ ਖੱਬੇ ਤੇ ਕਦੀ ਸੱਜੇ ਨਿਗਾਹ ਟਿਕਾ ਕੇ ਰੱਖਣੀ ਉਸ ਅੰਮ੍ਰਿਤ ਉਸ ਜਲ ਦੇ ਅੰਦਰ। ਇਹਦਾ ਇੱਕ ਭਾਵ ਹੈ ਕਿ ਜਦੋਂ ਰੰਗ ਰਤੜਿਆਂ ਦਾ ਸਪਰਸ਼ ਮਿਲਿਆ ਉਹਨਾਂ ਦੇ ਨੇਤਰਾਂ ਚੋਂ ਅੰਮ੍ਰਿਤ ਝਰਿਆ, ਬਾਣੀ ਦਾ ਪ੍ਰਤਾਪ ਵਰਤਿਆ ਤੇ ਗੁਰੂ ਅੱਗੇ ਅਰਦਾਸ ਬੇਨਤੀ ਹੋਈ, ਖਿਮਾ ਕਰਿਓ ਪਾਣੀ ਨਹੀਂ ਰਹਿ ਜਾਂਦਾ, ਉਹ ਫਿਰ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਬਣ ਜਾਂਦਾ ਹੈ। ਜਦੋਂ ਸ਼ਬਦ ਵਰਤ ਗਿਆ, ਸ਼ਬਦ ਨੇ ਕਲਾ ਵਰਤਾਈ, ਉਹ ਅੰਮ੍ਰਿਤ ਹੋ ਨਿਬੜਿਆ। ਜੇ ਗੁਰੂ ਸਾਹਿਬ ਅਮਰ ਗੁਰੂ ਅਮਰਦਾਸ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ ਉਸ ਜਲ ਵਿੱਚ ਇਸ਼ਨਾਨ ਕਰਾਓ ਜਿਹਦੇ ਵਿੱਚ ਅਸੀਂ ਇਸ਼ਨਾਨ ਕਰਨੇ ਆ, ਸੱਚੀ ਗੱਲ ਧੰਨ ਗੁਰੂ ਅਮਰਦਾਸ ਜੀ ਦੇ ਸ਼ਬਦ ਵਰਤ ਗਏ ਤੇ ਬਖਸ਼ਿਸ਼ ਤਾਂ ਉਸ ਸ਼ਬਦ ਨੇ ਵਰਤਾ ਦਿੱਤੀ, ਉਸ ਜਲ ਵਿੱਚ ਇਸ਼ਨਾਨ ਕਰਾਇਆ ਤੇ ਉਹਦਾ ਕੋੜ ਨਾਸ ਹੋ ਗਿਆ, ਉਹ ਪਾਣੀ ਨਹੀਂ ਸੀ ਰਹਿ ਗਿਆ। ਉੱਥੇ ਗੁਰੂ ਦੇ ਸ਼ਬਦ ਦਾ ਪ੍ਰਤਾਪ ਵਰਤਿਆ। ਐਵੇਂ ਨਹੀਂ ਰੋਜ਼ ਸਿੱਖ ਦਾਨ ਕਰਕੇ ਮੰਗਦਾ ਗੁਰੂ ਕੋਲੋਂ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਦਰਸ਼ਨਾਂ ਦੀ ਵੀ ਮੰਗ ਕਰਦਾ, ਇਸ਼ਨਾਨ ਦੀ ਵੀ ਬੇਨਤੀ ਤਰਲਾ ਕਰਦਾ ਕਿ ਦਾਤਾ ਇੱਥੋਂ ਦਾ ਤੇ ਇਸ਼ਨਾਨ ਵੀ ਸਾਡੇ ਤਨ ਤੇ ਮਨ ਦੇ ਰੋਗ ਮੇਟ ਦਿੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਸਤਿਗੁਰੂ ਦੇ ਹੱਥ ਵਿੱਚ ਉਹ ਛੜੀ ਕਹਿ ਉਹ ਸਿਰ ਤੇ ਟਿਕਦੀ ਹੈ, ਜਿਹੜਾ ਗੂੰਗਾ ਹੈ, ਬਹਿਰਾ ਹੈ, ਬੋਲਾ ਹੈ, ਪਤਾ ਨਹੀਂ ਕਿਉਂ ਸਿੱਖ ਨੂੰ ਭਰਮ ਪੈ ਗਿਆ ਗੁਰੂ ਦੀ ਸਮਰੱਥਾ ਉੱਪਰ। ਇਹ ਕਹਿਣ ਲੱਗ ਗਿਆ ਵੀ ਉਹ ਗੂੰਗਾ ਨਹੀਂ ਸੀ, ਉਹ ਬਹਿਰਾ ਨਹੀਂ ਸੀ, ਉਹ ਪਹਿਲਾਂ ਬੜਾ ਵਿਦਵਾਨ ਸੀ ਤੇ ਮਹਾਰਾਜ ਨੇ ਪੰਡਿਤ ਦੀ ਨਿਸ਼ਾ ਤਾਂ ਕਰਾਈ। ਨਹੀਂ ਪਿਆਰੋ, ਸੱਚੀ ਗੱਲ, ਜੇ ਗੂੰਗਿਆਂ ਬਹਿਰਿਆਂ ਦੇ ਸਿਰ ਤੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਰਪਾ ਦਾ ਹੱਥ ਰਹਿਮਤ ਦੀ ਛੜੀ ਟਿਕ ਜਾਏ ਤੇ ਉਹ ਵੀ ਵਿਦਵਾਨਾਂ ਦੀ ਤਾਦਾਦ ਵਿੱਚ ਖਲੋਂਦੇ ਹਨ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੈ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹਨੇ ਪਵਿੱਤਰ ਕਰ ਦਿੱਤੇ। ਅੱਜ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਦੇ ਰੂਪ ਵਿੱਚ ਇੱਕ ਡੰਡਾ ਦਿੱਤਾ, ਸੋਟੀ ਦਿੱਤੀ ਭਾਈ ਮਾਨਕ ਚੰਦ ਨੂੰ। ਮਾਨ ਚੰਦ ਨੇ ਵਾਹਿਗੁਰੂ ਉਹਨੂੰ ਸੀਸ ਤੇ ਛੁਹਾਇਆ, ਬ੍ਰਹਮ ਗਿਆਨ ਉਪਜਿਆ। ਗੱਲ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੀ ਹੈ, ਜੇ ਸਤਿਗੁਰੂ ਚਾਹਣ ਤੇ ਉਹਨਾਂ ਛੜੀਆਂ ਰਾਹੀਂ ਵੀ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਗੁਰੂ ਸਾਹਿਬ ਚਾਹਵਣ ਤੇ ਦੂਰ ਬੈਠਿਆਂ ਦ੍ਰਿਸ਼ਟ ਵੀ ਪਾ ਦੇਣ। ਬਾਬਾ ਸੰਗਤ ਸਿੰਘ ਕਮਾਲੀਏ ਵਾਲੇ ਮੈਂ ਬਚਨ ਕਹਿ ਕੇ ਸੰਪੰਨਤਾ ਕਰਨਾ, ਉਹਨਾਂ ਦਾ ਇੱਕ ਬੋਲ ਬੜਾ ਪਿਆਰਾ ਹੈ। ਉਹ ਲਿਖਦੇ ਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਹਿਗੁਰੂ
ਕਹਿੰਦੇ ਸਰਬੰਸ ਦਾਨੀ ਜਦੋਂ ਦਰਬਾਰ ਵਿੱਚ ਆਉਂਦੇ ਸਨ ਨਾ, ਹੁਣ ਇਹ ਕਮਾਈ ਵਾਲਿਆਂ ਦੀ ਉਡਾਰੀ ਹੈ, ਜ਼ਰੂਰੀ ਨਹੀਂ ਸਭ ਕੁਝ ਇਤਿਹਾਸ ਦੇ ਸਰੋਤ ਵਿੱਚ ਮਿਲਦਾ ਹੋਵੇ। ਮੈਂ ਇੱਕ ਬੇਨਤੀ ਕਰਾਂਗਾ, ਇਹਨੂੰ ਵਿਸ਼ਾਲਤਾ ਨਾਲ ਵੇਖਿਓ, ਬੜੀ ਖੁੱਲ੍ਹ ਦਿਲੀ ਨਾਲ, ਕਿ ਕਮਾਈ ਵਾਲਾ ਰੰਗ ਰਤੜਾ ਉਸ ਕਾਲ ਦੇ ਵਿੱਚ ਜੀ ਕੇ ਵੀ ਦੇਖ ਲੈਂਦਾ ਵੀ ਸਤਿਗੁਰੂ ਦੇ ਚੋਜ ਕੀ ਹਨ। ਉਹਨਾਂ ਲਿਖਿਆ ਉੱਥੇ ਕਹਿਣ ਲੱਗੇ, ਗੁਰੂ ਕਲਗੀਧਰ ਪਿਤਾ ਜਦੋਂ ਦਰਬਾਰ ਵਿੱਚ ਆਉਂਦੇ ਨੇ, ਤਿੰਨ ਸ਼ਬਦ ਅਕਸਰ ਸਤਿਗੁਰੂ ਨੇ ਵਰਤਨੇ। ਹੁਣ ਇਤਿਹਾਸ ਪੜਾਂਗੇ, ਬਹੁਤਾ ਨਹੀਂ ਮਿਲਦਾ, ਪਰ ਬਾਬਾ ਸੰਗਤ ਸਿੰਘ ਜੀ ਦੀ ਲਿਖਤ ਵਿੱਚ ਮਿਲਦਾ ਹੈ। ਕਹਿਣ ਲੱਗੇ ਸਤਿਗੁਰੂ ਕਹਿੰਦੇ ਨੇ, ਸੰਗਤ ਜੀ ਨਿਹਾਲ ਨਿਹਾਲ ਨਿਹਾਲ, ਤੇ ਸਾਰੀ ਸੰਗਤ ਤੇ ਗੁਰੂ ਗੋਬਿੰਦ ਸਿੰਘ ਦ੍ਰਿਸ਼ਟ ਪਾਉਂਦੇ ਨੇ। ਕਹਿੰਦੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸੰਗਤ ਵਿੱਚ ਆਉਂਦੇ ਨੇ ਤੇ ਸੰਗਤ ਨੂੰ ਕਹਿ ਦਿੰਦੇ ਨੇ ਨਿਹਾਲ, ਉਸ ਵੇਲੇ ਕੋਈ ਅੰਦਰ ਐਸਾ ਨਹੀਂ ਰਹਿ ਜਾਂਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਦੇ ਨਾਲ ਨਵਾਜਿਆ ਨਾ ਜਾਂਦਾ ਹੋਵੇ। ਐਸੇ ਮੇਰੇ ਸਤਿਗੁਰੂ ਹਨ, ਗੁਰੂ ਸਾਹਿਬ ਕਿਰਪਾ ਦੀ ਦ੍ਰਿਸ਼ਟ ਪਾ ਕੇ ਨਵਾਜਦੇ ਨੇ। ਭਾਈ ਮਾਨ ਚੰਦ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਸਤਿਗੁਰੂ ਦਾ ਪ੍ਰਚਾਰਕ ਥਾਪਿਆ ਗਿਆ। ਇੱਥੋਂ ਸਾਹਿਬ ਅੱਗੇ ਕੀ ਬਖਸ਼ਿਸ਼ ਕਰਨਗੇ ਅਗਲੇ ਦੀਵਾਨ ਵਿੱਚ ਵਿਚਾਰਾਂਗੇ। ਬੇਅੰਤ ਹੋਈਆਂ ਭੁੱਲਾਂ ਆਪ ਜੀਆਂ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।